ਐਡਵੋਕੇਟ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਵੋਕੇਟ ਸਾਹਿਬ ਜੀ ਜਿਹੜੇ ਇਸ ਵੇਲੇ ਕਾਫੀ ਜਿਹੜਾ ਮਾਹੌਲ ਖਰਾਬ ਹੋਇਆ ਸਹਾਰਨਪੁਰ ਦਾ ਤੁਸੀਂ ਇਹਦੇ ਜਿਹੜੀ ਅਪਡੇਟ ਆ ਇਹ ਨਿਊਜ਼ ਦੀ ਜਿਹੜੀ ਆ ਸਾਰੀ ਗੱਲਬਾਤ ਤੁਸੀਂ ਦੱਸ ਸਕਦੇ ਹੋ ਪਲੀਜ਼ ਸਹਾਰਨਪੁਰ ਚ ਪ੍ਰੋਪਰਟੀ ਹੈਗੀ ਜੀ ਸਿੰਘ ਸਭਾ ਗੁਰਦੁਆਰਾ ਹੈਗਾ ਹਮਾਰਾ ਗੁਰਦੁਆਰਾ ਸ੍ਰੀ ਸਿੰਘ ਸਭਾ ਅੱਛਾ ਜੀ ਗੁਰਦੁਆਰਾ ਸ੍ਰੀ ਸਿੰਘ ਸਭਾ ਨੇ ਪ੍ਰੋਪਰਟੀ ਖਰੀਦੀ ਸੀ ਨਾਲ ਦੀ ਮੁਸਲਿਮ ਕਮਿਊਨਿਟੀ ਦੇ ਕੋਲ ਮੋਰ ਦੈਨ 50 ਇਅਰਸ ਪਹਿਲੇ ਅੱਛਾ ਜੀ ਮੋਰ ਦੈਨ 50 ਇਅਰਸ ਪਹਿਲੇ ਕਾਬਿਜ਼ ਵੀ ਕਾਬਿਜ਼ ਵੀ ਹਾਂ ਜੀ ਉੱਥੇ ਤਾਂ ਡਿਸਕਸ਼ਨ ਚੱਲਣਾ ਸੀ ਗੁਰਦੁਆਰੇ ਦਾ ਅੱਛਾ ਜੀ ਚੱਲਣਾ ਸੀ ਗੁਰਦੁਆਰੇ ਦਾ ਅੱਛਾ ਜੀ ਚੱਲਣਾ ਸੀ ਪ੍ਰੋਪਰਟੀ ਤੇ ਕਹਿੰਦੇ ਸੀ ਕਿ ਸਾਡੀ ਮਸਜਿਦ ਪੁਰਾਣੀ ਕਹਿੰਦੇ ਸੀ ਕਿ ਹੈ ਤੇ ਵਕਤ ਦੀ ਪ੍ਰੋਪਰਟੀ ਹੈਗੀ ਹੈ ਵਕਤ ਦੀ ਪ੍ਰੋਪਰਟੀ ਹੈਗੀ ਹੈ ਉਸ ਦੇ ਕੋਲ ਚ ਕੇਸ ਵੀ ਚੱਲਾ ਸੁਪਰੀਮ ਕੋਰਟ ਨੇ ਵੀ ਸਾਡੇ ਪਜੀਸ਼ਨ ਨੂੰ ਮੰਨਿਆ ਹੈ ਤੇ ਸਾਡਾ ਲੀਗਲ ਰਾਈਟਸ ਮੰਨਿਆ ਉਸ ਪ੍ਰੋਪਰਟੀ ਦੇ ਲੇਕਿਨ ਲੋਕਲ ਐਡਮਿਨਿਸਟ੍ਰੇਸ਼ਨ ਕਿਉਂਕਿ ਸਰਕਾਰ ਸਮਾਜਵਾਦੀ ਪਾਰਟੀ ਦੀ ਹੈ ਮੁਸਲਿਮ ਕਮਿਊਨਿਟੀ ਨੂੰ ਸਪੋਰਟ ਕਰ ਗਵਰਨਮੈਂਟ ਸਾਡੇ ਆਉਂਦੇ ਨੇ ਉਹਨਾਂ ਨੇ ਇਸ ਤੱਕ ਸਟੇ ਕੀਤਾ ਸੀ ਕਿ ਤੁਸੀਂ ਕੋਈ ਕੰਸਟਰਕਸ਼ਨ ਨਾ ਕਰੀਏ ਅੱਛਾ ਜੀ ਤੇ ਲੇਕਿਨ ਗੁਰਦੁਆਰਾ ਸ੍ਰੀ ਸਿੰਘ ਸਭਾ ਦੇ ਲੋਕ ਕੰਸਟਰਕਸ਼ਨ ਰੈਗੂਲਰ ਕਰਦੇ ਸੀ ਤੇ ਰਾਤ ਅੰਤਰ ਪਾਇਆ ਸੀ ਗੁਰਦੁਆਰੇ ਦੀ ਬਿਲਡਿੰਗ ਤੇ ਸੁਬਹ 4 ਵਜੇ ਕਰੀਬ ਮੁਸਲਿਮ ਕਮਿਊਨਿਟੀ ਦੇ ਲੋਕ ਇਕੱਠੇ ਹੋ ਗਏ 500-700 ਲੋਕ ਸੀਗੇ ਤੇ ਉਹਨਾਂ ਨੇ ਗੁਰਦੁਆਰੇ ਤੋਂ ਤੇ ਪੁਲਿਸ ਤੇ ਸਿੱਖ ਕਮਿਊਨਿਟੀ ਨੇ ਉਸਦਾ ਵਿਰੋਧ ਕੀਤਾ ਗੋਲੀਬਾਰੀ ਵੀ ਉਹਨੇ ਸਾਹਮਣੇ ਦੀ ਤੇ ਦੋ ਬੰਦੇ ਤੇ ਗੋਲੀ ਲੱਗੀ ਹੈ ਪੁਲਿਸ ਵਾਲੇ ਤੇ ਲੱਗੀ ਹੈਗੀ ਇੱਕ ਸਿੱਖ ਬੋਏ ਤੇ ਲੱਗੀ ਹੈਗੀ ਸਾਡੇ ਰਿੰਕੂ ਨਾ ਆਇਆ ਉਹਦਾ ਹਾਲਤ ਬੜੀ ਗੰਭੀਰ ਹੈ ਉਸਦੀ ਤੇ ਉਸਦੇ ਬਾਅਦ ਪੂਰੇ ਸ਼ਹਿਰ ਮੇ ਦੰਗਾ ਸ਼ੁਰੂ ਹੋ ਗਿਆ ਜੀ ਕਰੀਬ ਮੋਰ ਦੈਨ 50 ਦੁਕਾਨ ਜੋ ਹੈ ਸ਼ੋਪਸ ਜੋ ਹੈ ਆਗਜਨੀ ਹੋ ਗਈ ਹੈ ਹਿੰਦੂ ਔਰ ਮੁਸਲਿਮ ਦੋਨੋਂ ਕਮਿਊਨਿਟੀ ਦੀ ਹਿੰਸਾ ਸਾਹਿਬ ਰਾਮਵਾਲੀਆ ਸਾਹਿਬ ਤੇ ਸਾਡੇ ਸਪੀਕਰ ਸਾਹਿਬ ਤਿੰਨਾਂ ਦੀ ਇੱਕ ਕਮੇਟੀ ਤਿੰਨ ਬੰਦੇ ਡੈਲੀਗੇਸ਼ਨ ਤੇ ਚੀਫ ਮਿਨਿਸਟਰ ਸਾਹਿਬ ਜੀ ਪੀ ਦੇ ਨੂੰ ਮਿਲਣਗੇ ਤਾਂ ਕਿ ਉਹਨਾਂ ਨਾਲ ਸਾਰੀ ਗੱਲ ਕਰਕੇ ਪੁਲਿਸ ਤੇ ਸਿੱਖ ਕਮਿਊਨਿਟੀ ਨੇ ਉਸਦਾ ਵਿਰੋਧ ਕੀਤਾ ਗੋਲੀਬਾਰੀ ਵੀ ਉਹਨੇ ਸਾਹਮਣੇ ਦੀ ਤੇ ਦੋ ਬੰਦੇ ਤੇ ਗੋਲੀ ਲੱਗੀ ਹੈ ਪੁਲਿਸ ਵਾਲੇ ਤੇ ਲੱਗੀ ਹੈਗੀ ਇੱਕ ਸਿੱਖ ਬੋਏ ਤੇ ਲੱਗੀ ਹੈਗੀ ਸਾਡੇ ਰਿੰਕੂ ਨਾ ਆਇਆ ਉਹਦਾ ਹਾਲਤ ਬੜੀ ਗੰਭੀਰ ਹੈ ਉਸਦੀ ਤੇ ਉਸਦੇ ਬਾਅਦ ਪੂਰੇ ਸ਼ਹਿਰ ਮੇ ਦੰਗਾ ਸਾਡੇ ਆਉਂਦੇ ਨੇ ਉਹਨਾਂ ਨੇ ਇਸ ਤੱਕ ਸਟੇ ਕੀਤਾ ਸੀ ਕਿ ਤੁਸੀਂ ਕੋਈ ਕੰਸਟਰਕਸ਼ਨ ਨਾ ਕਰੀਏ ਅੱਛਾ ਜੀ ਤੇ ਲੇਕਿਨ ਗੁਰਦੁਆਰਾ ਸ੍ਰੀ ਸਿੰਘ ਸਭਾ ਦੇ ਲੋਕ ਕੰਸਟਰਕਸ਼ਨ ਰੈਗੂਲਰ ਕਰਦੇ ਸੀ ਤੇ ਰਾਤ ਅੰਤਰ ਪਾਇਆ ਸੀ ਗੁਰਦੁਆਰੇ ਦੀ ਬਿਲਡਿੰਗ ਤੇ ਸੁਬਹ 4 ਵਜੇ ਕਰੀਬ ਮੁਸਲਿਮ ਕਮਿਊਨਿਟੀ ਦੇ ਲੋਕ ਇਕੱਠੇ ਹੋ ਗਏ 500-700 ਲੋਕ ਸੀਗੇ ਤੇ ਉਹਨਾਂ ਨੇ ਗੁਰਦੁਆਰੇ ਸਿੰਘ ਸਭਾ ਅੱਛਾ ਜੀ ਗੁਰਦੁਆਰਾ ਸ੍ਰੀ ਸਿੰਘ ਸਭਾ ਨੇ ਪ੍ਰੋਪਰਟੀ ਖਰੀਦੀ ਸੀ ਨਾਲ ਦੀ ਮੁਸਲਿਮ ਕਮਿਊਨਿਟੀ ਦੇ ਕੋਲ ਮੋਰ ਦੈਨ 50 ਇਅਰਸ ਪਹਿਲੇ ਅੱਛਾ ਜੀ ਮੋਰ ਦੈਨ 50 ਇਅਰਸ ਪਹਿਲੇ ਤੇ ਕਾਬਿਜ਼ ਵੀ ਗੁਰਦੁਆਰੇ ਤੇ ਕਾਬਿਜ਼ ਵੀ ਹਾਂ ਜੀ ਉੱਥੇ ਤਾਂ ਡਿਸਕਸ਼ਨ ਚੱਲਣਾ ਸੀ ਗੁਰਦੁਆਰੇ ਦਾ ਅੱਛਾ ਜੀ ਚੱਲਣਾ ਸੀ ਗੁਰਦੁਆਰੇ ਦਾ ਅੱਛਾ ਜੀ ਚੱਲਣਾ ਸੀ ਪ੍ਰੋਪਰਟੀ ਤੇ ਕਹਿੰਦੇ ਸੀ ਕਿ ਸਾਡੀ ਮਸਜਿਦ ਪੁਰਾਣੀ ਕਹਿੰਦੇ ਸੀ ਕਿ ਹੈ ਤੇ ਵਕਤ ਦੀ ਪ੍ਰੋਪਰਟੀ ਹੈਗੀ ਹੈ ਵਕਤ ਦੀ ਪ੍ਰੋਪਰਟੀ ਹੈਗੀ ਹੈ ਉਸ ਦੇ ਕੋਲ ਚ ਕੇਸ ਵੀ ਚੱਲਾ ਸੁਪਰੀਮ ਕੋਰਟ ਨੇ ਵੀ ਸਾਡੇ ਪਜੀਸ਼ਨ ਨੂੰ ਮੰਨਿਆ ਹੈ ਤੇ ਸਾਡਾ ਲੀਗਲ ਰਾਈਟਸ ਮੰਨਿਆ ਉਸ ਪ੍ਰੋਪਰਟੀ ਤੇ ਲੇਕਿਨ ਲੋਕਲ ਐਡਮਿਨਿਸਟ੍ਰੇਸ਼ਨ ਕਿਉਂਕਿ ਸਰਕਾਰ ਸਮਾਜਵਾਦੀ ਪਾਰਟੀ ਦੀ ਹੈ ਮੁਸਲਿਮ ਕਮਿਊਨਿਟੀ ਨੂੰ ਸਪੋਰਟ ਕਰ ਗਵਰਨਮੈਂਟ ਐਡਵੋਕੇਟ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਵੋਕੇਟ ਸਾਹਿਬ ਜੀ ਜਿਹੜੇ ਇਸ ਵੇਲੇ ਕਾਫੀ ਜਿਹੜਾ ਮਾਹੌਲ ਖਰਾਬ ਹੋਇਆ ਸਹਾਰਨਪੁਰ ਦਾ ਤੁਸੀਂ ਇਹਦੇ ਜਿਹੜੀ ਅਪਡੇਟ ਆ ਇਹ ਨਿਊਜ਼ ਦੀ ਜਿਹੜੀ ਆ ਸਾਰੀ ਗੱਲਬਾਤ ਤੁਸੀਂ ਦੱਸ ਸਕਦੇ ਹੋ ਪਲੀਜ਼ ਤੁਸੀਂ ਜੀ ਜੀ ਸਹਾਰਨਪੁਰ ਚ ਪ੍ਰੋਪਰਟੀ ਹੈਗੀ ਜੀ ਸਿੰਘ ਸਭਾ ਗੁਰਦੁਆਰਾ ਹੈਗਾ ਹਮਾਰਾ ਗੁਰਦੁਆਰਾ